ਮੰਗੇ ਹਾਂ। ਮੌਲਾ ਦੇ ਕਦਮਾਂ 'ਤੇ ਜਾਣ ਪਿਆ, ਆਖਦਾ ਮੌਲਾ ਮੰਗਾਂ ਕਿਆ, ਤੁਹਾਡੀ ਦੁਆ ਨਾਲ ਅੱਲਾ ਮੈਨੂੰ ਇੱਕ ਪੁੱਤਰ ਦਿੱਤਾ ਹਾ, ਜਿਹੜਾ ਜਵਾਨੀ ਚੜ੍ਹ ਗਿਆ, ਅਤੇ ਮੇਰਾ ਦਿਲ ਹਾ ਜਦੋਂ ਮੇਰਾ ਪੁੱਤਰ ਜਵਾਨ ਹੋਵੇ ਤਾਂ ਮੈਂ ਸੱਜਾਦ ਨੂੰ ਘਰ ਬੁਲਾਵਾਂ, ਉਹਦੇ ਸਰ 'ਤੇ ਮੈਂ ਸਿਹਰਾ ਸਜਾਵਾਂ। ਤੁਸਾਂ ਬੰਦਿਆਂ ਕੁਝ ਆਏ ਨਹੀਂ ਕੀਤੀ, ਸੱਜਾਦ ਦੀਆਂ ਅੱਖਾਂ ਵਸ ਪਈਆਂ, ਸੱਯਦ ਰਾਜ਼ਾ ਸੱਯਦ ਨੂੰ ਆਏ ਨਿਕਲ ਗਏ, ਸੱਯਦ ਦੀਆਂ ਅੱਖਾਂ ਵਸ ਪਈਆਂ, ਅਤੇ ਰੋ ਰੋ ਕੇ ਕਹਿੰਦਾ ਮੈਂ ਸਿਹਰਾ ਕਿਵੇਂ ਪਾਵਾਂ, ਮੈਂ ਸਿਹਰੇ ਲੁੱਟੀ ਦੇ ਡਿੱਠੇ, ਮੈਂ ਸਿਹਰੇ ਆਇਆਂ ਦੀਆਂ ਲਾਸ਼ਾਂ 'ਤੇ ਘੋੜੇ ਵੱਜਦੇ ਡਿੱਠੇ। ਰੋ ਕੇ ਕਹਿੰਦਾ ਮੈਂ ਤੇਰੇ ਪੁੱਤਰ ਨੂੰ ਸਿਹਰਾ ਨਹੀਂ ਪਾ ਸਕਦਾ, ਅਤੇ ਰੋ ਰੋ ਕੇ ਕਹਿੰਦਾ ਮੌਲਾ ਜੇ ਤੂੰ ਪੁੱਤਰ ਨੂੰ ਮੇਰੇ ਨੂੰ ਸਿਹਰਾ ਨਹੀਂ ਪਾਉਣਾ, ਮੇਰਾ ਪੁੱਤਰ ਮਰ ਜਾਵੇ ਜਿਸ ਨੂੰ ਸੱਜਾ ਸਿਹਰਾ ਨਾ ਪਾਵੇ। ਸੱਯਦ ਰੋ ਕੇ ਕਹਿੰਦਾ ਮੈਂ ਪ੍ਰੋਗਰਾਮ ਚੇਂਜ ਨਾ ਕਰਾਂ। ਮੌਲਾ ਹੁਕਮ, ਸ਼ਬੀਰ ਦਾ ਰਾਤ ਰੋਣ ਪੁੱਤਰ ਪਿਆਦਾ, ਜੇ ਮੈਨੂੰ ਘਰ ਬੁਲਾਉਣੇ ਤੇ ਬਾਤ ਮਜਲਿਸ ਕਰਾ। ਇਹ ਸਾਂਝ ਦੀ ਤੁਹਾਨੂੰ ਕੀਮਤ ਦਾ ਨਹੀਂ ਪਤਾ, ਕਈਆਂ ਦਾ ਦਾਰੋ ਬਜ਼ੁਰਗ ਜਾਣਦੇ ਇਹ ਹੰਝ ਦੀ ਕੀਮਤ ਕਿਆ ਹੈ। ਇਹ ਸਾਂਝ ਵਾਸਤੇ ਮੁਹੰਮਦ ਦੀ ਮਰਨਾ ਚਾਹੀਦੀ, ਹਰ ਦਾਦਾਰ ਦੀ ਅੱਖ ਥੱਲੇ ਰਵਾਲ ਕਰਕੇ ਆਦੀ ਮੈਂ ਹੁਸੈਨ ਦਾ ਮਰ ਲੈਣ ਆਈ ਹਾਂ, ਖਾਲੀ ਵੱਲੀ ਹੋਈ ਹੁਸੈਨ ਨੂੰ ਖਾਲੀ ਨਾ ਬੁਲਾਵੀ, ਕਹਾਏ ਕਰੀ ਅਤੇ ਮਾਤਮਦਾਰੀ ਹੋ ਜਾਵੇ। ਮੌਲਾ ਸੱਜਾਦ ਪੈਦਲ ਘਰ ਇਸ ਮਜਲਿਸ ਕਰਾ, ਵਤ ਮੈਂ ਵੀ ਆਸਾਂ 14 ਸਾਲ ਇੱਕ ਆਮ ਮਜਲਿਸ ਨਹੀਂ ਡਾਕਟਰ ਸਾਹਿਬ, ਹੋਰ ਅਮਨ ਨਾ ਲਿਆਓ। ਆਦਾ ਮੌਲਾ ਬੇਬਹਾ ਮਜਲਿਸ ਕਰੇ ਸਾਂ, ਫਿਰ ਮੈਨੇ ਜੇ ਤੂੰ ਮਜਲਿਸ ਕਰੇ ਸੇ ਵਤ ਮੈਂ ਸੱਜਾਦ ਦਾ ਵਾਅਦਾ ਹੋ ਗਿਆ, ਮੈਂ ਤੇਰੇ ਘਰ ਜ਼ਰੂਰ ਆਸਾਂ। ਥੋੜ੍ਹੇ ਜਿਹੇ ਦੇਰ ਦੇ ਬਾਅਦ ਪਰਦੇ ਨੂੰ ਛਿੱਕੀ ਆਈ, ਬੀਬੀ ਰੋ ਰੋ ਕੇ ਪਿਆ ਦੀ ਬਾਕਰ ਦੀ ਵੀ ਇਸ ਨੂੰ ਆ ਇਕੱਲਾ ਸੱਜਾਦ ਨਹੀਂ ਜ਼ੈਨਬ ਮਿਲਾ। ਸ਼ਾਬਾਸ਼ ਨੌਜਵਾਨ ਹੈ ਕਰਦੇ ਆਵੇ, ਹਾਂਜ ਬੀਬੀ ਅਤਾ ਕਰੇ ਸੀ ਸੈਯਦ ਉਲ ਸਾਜਦੀਨ। ਵਕਤ ਮੁਕਰਰ ਹੋ ਗਿਆ ਮਗਰ ਬਹਿਣ ਦੇ ਬਾਅਦ, ਮੱਠਾ ਮੱਠਾ ਜਿਹੜਾ ਹਨੇਰਾ ਹੁੰਦਾ ਇਹਦੇ ਸੈਯਦ ਉਲ ਸਾਜਦੀਨ ਸਭ ਤੋਂ ਪਹਿਲੇ ਮਿੰਬਰ ਦੇ ਸਾਹਮਣੇ ਸੈਯਦ ਉਲ ਸਾਜਦੀਨ ਤਸ਼ਰੀਫ ਫਰਮਾ, ਲੋਕਾਂ ਦਾ ਜੰਮੇ ਗਫੀਰ ਹੋ ਗਿਆ। ਜ਼ਾਕਰ ਆਇਆ ਹੁਸੈਨ ਦਾ ਜਿੱਥੇ ਸਾਹਮਣੇ ਸੱਜਾਦ ਹੋ ਗਏ, ਅੱਜ ਹੱਥ ਬੰਨ ਕੇ ਪਿਆਦਾ ਮੌਲਾ ਮੈਂ ਕਿਆ ਪੜਾਂ। ਸੈਯਦ ਆਦਾ ਪੜ ਮੇਰਾ ਅਕਬਰ ਬਿਰਾ ਗੋੜੇ ਤੁਸਕੀ ਵੀ ਲੱਗਾ ਆਏ ਗੱਲ ਲੈਣਾ ਜੇ ਠੱਗਾ ਬੈਠਾ ਉਸ ਬੰਦੇ ਨਾਲ ਗੱਲ ਨਹੀਂ। ਸਰਕਾਰ ਅਕਬਰ ਦਾ ਮੁਸਾਹਿਬ ਸ਼ੁਰੂ ਹੋਇਆ, ਮੋਮਨੀਨ ਬੇਹੋਸ਼ ਹੋ ਗਏ, ਯਕ ਦਾ ਮਜਲਿਸ ਖਤਮ ਹੋਈ, ਬੱਤੀਆਂ ਲਾਈਟਾਂ ਆਨ ਹੋਈਆਂ। ਸਰਕਾਰ ਸੱਜਾਦ ਜਿਹੜਾ ਦੀਵਿਆਂ ਦਾ ਜ਼ੋਰ ਆਈ, ਚਾਨਣ ਹੋਇਆ ਤੇ ਸੈਯਦ ਉਲ ਸਾਜਦੀਨ ਨਜ਼ਰ ਨਹੀਂ ਆਏ। ਇਹ ਰੋ ਕੇ ਆਦਾ ਹਾਏ ਮਰ ਜਾਵਾਂ, ਮੇਰਾ ਮੌਲਾ ਕਿੱਥੇ ਗਿਆ, ਡਿੱਠਾ ਕਿਆ ਹੈ। ਸਭ ਤੋਂ ਆਖਰ ਤੇ ਜਿੱਥੋਂ ਮੋਮਨ ਨਿਕਲਦੇ ਹਨ, ਇੱਕ ਇੱਕ ਮੋਮਨ ਦੇ ਸਾਹਮਣੇ ਖਲੋ ਕੇ ਬਿਮਾਰ ਪੈਦਾ, ਤੇਰੇ ਆਉਣ ਦਾ ਸ਼ੁਕਰੀਆ, ਤੂੰ ਮੇਰੇ ਵਿਰਾਹ ਦੀ ਮਜਲਿਸ ਵਿੱਚ ਆਏ, ਜਿਹੜੇ ਮਾਤਮੀ ਆਮ ਮਜਲਿਸ ਨਹੀਂ। ਇਹ ਸੱਜਾਦ ਬਾਦਸ਼ਾਹ ਜਵਾਨ 10 ਮਿੰਟ ਰੋਵੋ, 5 ਮਿੰਟ ਰੋਵੋ, ਥੱਕ ਪਾਉਂਦਾ ਹੈ। ਇਹ 40 ਸਾਲ ਨਹੀਂ ਸੱਜਾਦ, ਇਹ ਆਪਣੀ ਜਿਹੜੀ ਜ਼ਿੰਦਗੀ ਕਰਬਲਾ ਤੋਂ ਬਾਅਦ ਗੁਜ਼ਾਰੀ ਹੈ, ਨਾ ਕਿਸੇ ਸ਼ਾਦੀ 'ਚ ਜਾਵੇ ਹਾ, ਨਾ ਕਿਸੇ ਜਵਾਨ ਦੇ ਸਾਹਮਣੇ ਰੁਕ ਜਾਵੇ ਹਾ। ਜਿਹੜਾ ਜਵਾਨ ਆਉਂਦਾ ਡਿੱਠਾ ਹੋਇਆ ਤੇ ਉਹਦੀ ਦਾੜੀ ਦੇਖ ਕੇ ਆ ਕੇ ਆਏ ਜਵਾਨ ਤੇ ਆਏ ਦੀ ਅਕਬਰ, ਆਏ ਗੱਲ ਮੈਂ ਜਿਹੜਾ ਮਾਫੀ ਬੈਠਾ ਆਏ ਜਵਾਨ ਆਏ ਦੀ ਅਕਬਰ, ਕਿਸੇ ਨੂੰ ਸੇਵਾ ਪਾਉਂਦਾ ਵੇਖੇ ਆ ਕੇ ਰੋਵੇ ਹਾ, ਬਾਜ਼ਾਰ 'ਚ ਰੋਵੇ ਹਾ। ਜਿੱਦਾਂ ਬਾਜ਼ਾਰ 'ਚ ਗੁਜ਼ਰਿਆ ਨਾ ਇੱਕ ਸਾਹਿਬ ਜਿਹੜੇ ਹਨ
ਮਦੀਨੇ ਦੇ ਜਦੋਂ ਸੱਜਾਦ ਨੂੰ ਆਉਂਦੇ ਦੇਖਣ ਆ ਨਾ ਜਲਦੀ ਦੇ ਨਾਲ ਆਪਣੇ ਜ਼ਿਬੇ ਤੇ ਕੱਪੜਾ ਪਾਵਣ ਆ ਜਿਹਦਾ ਗੋਸ਼ਤ ਵੇਖਿਆ ਤੇ ਰੋ ਲਿਆ। ਇੱਕ ਸਾਹਬ ਹੈ ਹੱਥ 'ਚ ਜਾਨਵਰ ਹੈ, ਯਕਦਮ ਮੌਲਾ ਦੇ ਸਾਹਮਣੇ ਆ ਗਏ, ਇਸ ਆਸਤੀਨ 'ਚ ਨਾ ਛੁਰੀ ਲੁਕਾਈ ਤੇ ਇਮਾਮ ਆਦਾ ਨਾ ਲੁਕਾ, ਮੈਨੂੰ ਇਹਨਾਂ ਦੱਸ ਜਿਹੜਾ ਜ਼ਿਬਾ ਕਰੂੰ ਮੈਂ ਜਾਨਵਰ ਇਸ ਨੂੰ ਪਾਣੀ ਪਿਵਾਏ, ਹੁਣ ਆਏ ਕਰੇ ਜਿਹੜਾ ਬਾਕੀ ਨਾ ਬਹਿਣ ਦੇ ਨੇੜੇ ਆ ਗਏ ਇਸ ਨੂੰ ਪਾਣੀ ਪਿਵਾਏ, ਆਦਾ ਹਾਂ ਮੌਲਾ ਘਰੋਂ ਪਵਾਇਆ ਜ਼ਿਬਾ ਤੋਂ ਪਹਿਲਾਂ ਹੀ ਪਵੇ ਸਾਂ। ਉਸ ਵੇਲੇ ਕਰਬਲਾ ਤੋਂ ਮੂੰਹ ਫਿਰ ਗਿਆ ਤੇ ਰੋ ਗਿਆ ਤੇ ਆਏ ਉਹ ਮੇਰਾ ਦੱਸਾ ਬਾਬਾ ਔਰ ਉਹ ਮਨਾਲੇ ਉਹ 40 ਸਾਲ ਰਾਤ ਰੋਣ ਦੇ ਬਾਅਦ ਜਿਹਦੀਆਂ ਹੱਡੀਆਂ ਕੈਦ ਖਾ ਗਈ ਸੱਜਾਦ ਨੂੰ ਤੂੰ ਜ਼ਹਿਰ ਦੇਣ ਦੀ ਲੋੜ ਆ, ਮਿਲ ਗਿਆ ਸੈਦ ਸਾਜੀ ਨੂੰ ਜ਼ਹਿਰ ਔਰ ਉਹ ਮਨਾਲੇ ਕਫਨ ਪੈ ਗਿਆ ਤੇ ਰਾਤ ਬਾਅਦ ਪਈ ਇਮਾਮ ਦੀ ਜਿਹਨਾਂ ਮਾਤਮੀਆਂ ਹਲਕੇ ਦੇ ਮਾਤਮੀਆਂ ਮਾਤਮ ਕਰਨਾ ਆਏ ਬੁਲਾ ਕਰੇ ਰਾਤ ਵੱਧ ਗਈ ਬਾਕਰ ਪਾਉਣ ਲਈ ਖਲੋ ਕੇ ਪਿਆ ਬਾਬਾ